ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ। ਤੇ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ, ਕਿਉਂਕਿ ਅੱਜ ਅਸੀਂ ਆਪਣੀ ਅੱਜ ਜਿਹੜੀ ਫੈਮਿਲੀ ਉਹ 3 ਲੱਖ ਦੇ ਕਰੀਬ ਚੱਲ ਗਈ, ਹੈ ਨਾ, ਆਪਣੇ ਨਾਲ 3 ਲੱਖ ਲੋਕ ਜੁੜ ਚੁੱਕੇ ਨੇਗੇ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਮਤਲਬ ਕਿ ਤੁਸੀਂ ਸਾਨੂੰ ਫੋਲੋ ਕੀਤਾ ਹੋਇਆ, ਹੈ ਨਾ, ਕਿੰਨਾ ਸਪੋਰਟ ਕਰ ਰਹੇ ਹੋ ਤੁਸੀਂ ਸਾਨੂੰ, ਹੈ ਨਾ। ਸਾਨੂੰ ਇੰਨੀ ਉਮੀਦ ਹੈ ਨਹੀਂ ਸੀ, ਸੱਚ ਦੱਸਾਂ ਤਾਂ, ਵੀ ਇੰਨੀ ਜਲਦੀ ਤੁਹਾਡਾ ਸਾਥ ਸਾਨੂੰ, ਹੈ ਨਾ, ਵੀ ਇੰਨਾ ਅੱਗੇ ਤੱਕ ਲੈ ਕੇ ਜਾਊਗਾ। ਬਾਕੀ ਹਜੇ ਇਹ ਲੱਗਦਾ ਵੀ ਹਾਲੇ ਤਾਂ ਕੁਛ ਵੀ ਨਹੀਂ ਆਪਾਂ ਅੱਗੇ ਆਏ, ਹਾਲੇ ਹੌਲੀ ਹੌਲੀ ਕਰਕੇ ਬਸ ਇਹੀ ਫੈਮਿਲੀ ਆਪਣੀ, ਹੈ ਨਾ, 10 ਲੱਖ ਦੇ ਕਰੀਬ ਜਲਦੀ ਤੋਂ ਜਲਦੀ ਪਹੁੰਚ ਜੇ, ਹੈ ਨਾ। ਇੱਕ ਮਿਲੀਅਨ ਕੰਪਲੀਟ ਹੋਵੇ ਫਿਰ ਸਾਨੂੰ ਬਹੁਤ ਜ਼ਿਆਦਾ ਖੁਸ਼ੀ, ਹੋਰ ਵੀ ਜ਼ਿਆਦਾ ਖੁਸ਼ੀ ਹੋਊਗੀ। ਸਹੀ, ਪਹਿਲਾਂ ਸਾਨੂੰ ਇਹ ਲੱਗਦਾ ਸੀਗਾ ਵੀ ਅਸੀਂ 1 ਲੱਖ ਦੇ ਉੱਤੇ ਕੇਕ ਕੱਟਾਂਗੇ ਜਦੋਂ ਫੇਸਬੁੱਕ ਦੇ ਉੱਤੇ 1 ਲੱਖ ਹੋਵੇ, ਕਿਉਂਕਿ ਹਰ ਵਾਰ ਸੁੱਕਦਾ ਕੀ ਸਿਸਟਮ ਹੁੰਦਾ ਸੀ, ਤਾਂ ਪਹਿਲਾਂ ਇੰਸਟਾਗ੍ਰਾਮ ਦੇ ਉੱਪਰ ਜਦੋਂ ਇਹਨਾਂ ਦੇ ਮਤਲਬ ਕਿ ਫੋਲੋਵਰ ਵੱਧ ਰਹੇ ਸੀ ਤਾਂ ਕੇਕ ਕੱਟ ਦਿੰਦੇ ਸੀ, ਹੈ ਨਾ, ਜਿਵੇਂ 1 ਲੱਖ ਤੇ ਕੱਟਤਾ, 2 ਲੱਖ ਤੇ ਕੱਟਤਾ, ਹੈ ਨਾ, 3 ਲੱਖ ਤੇ ਕੱਟਤਾ, ਪਰ ਫੇਸਬੁੱਕ ਦਾ ਅਸੀਂ ਪਹਿਲੀ ਵਾਰ ਕੇਕ ਕੱਟ ਰਹੇ ਹਾਂ, ਫੇਸਬੁੱਕ ਦੇ ਪਹਿਲੀ ਵਾਰ ਕੱਟ ਰਹੇ ਹਾਂ। ਫਿਰ ਸਾਨੂੰ ਇਹ ਸੀ ਵੀ 2 ਲੱਖ ਹੋ ਗਏ, ਜਦੋਂ 2 ਲੱਖ ਹੋਏ ਫੇਸਬੁੱਕ ਦੇ ਉਦੋਂ ਮੇਰੀ ਤਬੀਅਤ ਥੋੜ੍ਹੀ ਜਿਹੀ ਜ਼ਿਆਦਾ ਖਰਾਬ ਸੀ, ਸਾਨੂੰ ਐਂ ਸੀਗਾ ਉਸ ਟਾਈਮ ਵੀ ਅਸੀਂ ਕੇਕ ਕੱਟੀਏ, ਕੇਕ ਕੱਟੀਏ, ਉਦੋਂ ਇਹਨਾਂ ਨੂੰ ਥੋੜ੍ਹਾ ਜਿਹਾ ਐਡਮਿਟ ਕਰਨਾ ਪੈ ਗਿਆ ਸੀ, ਤਾਂ ਕਰਕੇ ਵੀ ਥੋੜ੍ਹਾ ਜਿਹਾ ਅਸੀਂ ਹਟ ਗਏ ਵੀ ਚਲੋ ਅਸੀਂ 3 ਲੱਖ ਦੇ 3 ਲੱਖ ਦੇ ਕੱਟਾਂ, ਪਰ ਸਾਨੂੰ ਇਹ ਸੀ ਵੀ ਚਲੋ ਕੋਈ 3 ਲੱਖ ਤਾਂ ਹਲੇ ਟਾਈਮ ਲਾ ਦੇਣਗੇ ਹੁੰਦੇ ਹੋ, ਸਾਨੂੰ ਇਹ ਸੀਗਾ ਵੀ 3 ਲੱਖ ਘੱਟੋ ਘੱਟ ਵੀ ਸਾਨੂੰ 6 ਮਹੀਨੇ ਲੱਗ ਜਾਣਗੇ ਕਰਦੇ, ਪਰ ਜਿਹੜੀ ਗੱਲ ਆ ਵੀ 1.5 ਮਹੀਨੇ ਦੇ ਵਿੱਚ ਹੀ ਆਪਣੀ 3 ਲੱਖ ਦੀ ਫੈਮਿਲੀ ਹੈ ਜਿਹੜੀ ਕੰਪਲੀਟ ਹੋਊਗੀ। ਤੁਸੀਂ ਸਾਰੇ ਜਾਣਿਆਂ ਨੇ ਸਾਨੂੰ ਇੰਨਾ ਕੁ ਸਪੋਰਟ ਕੀਤਾ, ਇੰਨਾ ਪਿਆਰ ਦਿੱਤਾ, ਉਹਦੇ ਲਈ ਅਸੀਂ ਜਿੰਨਾ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰੀਏ, ਉਹ ਚੀਜ਼ ਬਹੁਤ ਥੋੜ੍ਹੀ ਲੱਗ ਰਹੀ ਹੈਗੀ ਸਾਨੂੰ। ਬਾਕੀ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਤੁਸੀਂ ਅੱਗੇ ਵੀ ਸਾਨੂੰ ਆਪਦਾ ਸਾਥ ਸਪੋਰਟ ਕਰਦੇ ਰਹੋ ਸਾਨੂੰ, ਹੈ ਨਾ, ਤੇ ਜਿਹਦੇ ਕਰਕੇ ਸਾਨੂੰ ਵੀ ਹੌਸਲਾ ਮਿਲਦਾ, ਅਸੀਂ ਤੁਹਾਡੇ ਸਾਹਮਣੇ, ਹੈ ਨਾ, ਅੱਗੇ ਵਧੀਆ ਚੰਗੀਆਂ ਚੰਗੀਆਂ ਵਧੀਆ ਫੈਮਿਲੀ ਵਾਲੀਆਂ ਵਧੀਆ ਵੀਡੀਓਜ਼ ਲੈ ਕੇ ਆ ਸਕੀਏ। ਕਿਉਂਕਿ ਜਦੋਂ ਤੁਸੀਂ ਕਮੈਂਟ ਕਰਦੇ ਤਾਂ ਸਾਨੂੰ ਵੀ ਬਹੁਤ ਵਧੀਆ ਲੱਗਦਾ, ਜਦੋਂ ਸਾਰੇ ਜਣੇ ਕਹਿੰਦੇ, ਮਤਲਬ ਤੁਹਾਡੀ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਨੇ, ਫੈਮਿਲੀ ਦੇ ਵਿੱਚ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਨੇ। ਕਈ ਵਾਰ ਅਸੀਂ ਕਿਤੇ ਜਾਂਦੇ ਹਾਂ ਤਾਂ ਸਾਨੂੰ ਮਿਲਦੇ ਵੀ ਆ, ਸਾਨੂੰ ਉੱਥੇ ਵੀ ਸਾਨੂੰ ਕਹਿੰਦੇ ਨੇ ਆ ਕੇ ਤੁਹਾਡੀ ਵੀਡੀਓ ਸਾਡੀ ਸਾਰੀ ਫੈਮਿਲੀ ਦੇਖਦੀ ਹੈ, ਤੇ ਸਾਨੂੰ ਬਹੁਤ ਵਧੀਆ ਲੱਗਦਾ ਵੀ ਇਦਾਂ ਲੱਗਦਾ ਵੀ ਹਾਂ ਵੀ ਆਪਾਂ ਕੁਝ ਗਲਤ ਨਹੀਂ ਕਰ ਰਹੇ, ਹੈ ਨਾ, ਤੇ ਤੁਸੀਂ ਇਦਾਂ ਹੀ ਸਾਨੂੰ ਮਤਲਬ ਕਿ ਸਪੋਰਟ ਬਣਾਈ ਰੱਖੋ, ਇਦਾਂ ਹੀ ਤੁਸੀਂ ਆਪਣਾ ਹੱਥ ਸਾਡੇ ਸਿਰ ਤੇ ਰੱਖੋ, ਤਾਂ ਕਰਕੇ ਆਪਾਂ ਛੇਤੀ ਛੇਤੀ ਹੋਰ ਵੀ ਗਰੋ ਕਰ ਸਕੀਏ। ਬਾਕੀ ਸਾਨੂੰ ਵੀ ਇਹ ਹੁੰਦਾ ਗਾ, ਆਪਦੇ ਦਿਲ ਨੂੰ ਵੀ ਇਹ ਹੁੰਦਾ ਵੀ ਅਸੀਂ ਆਪਦਾ ਵਧੀਆ ਆਪਦਾ ਪਹਿਰਾਵਾ ਪਾ ਕੇ ਵਧੀਆ, ਹੈ ਨਾ, ਵਧੀਆ ਵੀਡੀਓਜ਼ ਲੈ ਕੇ ਆਏ, ਕਿਉਂਕਿ ਜਦੋਂ ਵੀ ਅਸੀਂ ਕੋਈ ਵੀਡੀਓ ਬਣਾਉਣੇ ਆਗੇ, ਮਤਲਬ ਸ਼ਾਰਟ ਵੀਡੀਓ ਬਣਾਉਣੇ ਆ, ਤਾਂ ਹਰਜੀਤ ਉਹਨੂੰ ਮਤਲਬ ਵਧੀਆ ਕੰਟੈਂਟ ਨੂੰ ਉਹਨੂੰ ਚੰਗੀ ਤਰ੍ਹਾਂ ਦੇਖਦੇ ਨੇ ਵੀ ਇਹਦੇ ਵਿੱਚ ਸਾਡੇ ਤੋਂ ਕੋਈ ਮਿਸਟੇਕ ਤਾਂ ਨਹੀਂ ਹੋਏਗੀ ਬੋਲਣ ਲੱਗੇ ਤੋਂ, ਹੈ ਨਾ, ਵੀ ਅਸੀਂ ਬਹੁਤ ਜ਼ਿਆਦਾ ਮਤਲਬ ਕਿ ਆਪਦੇ ਜਾਣੀ ਤਾਂ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਵੀ ਸਾਡੇ ਮਤਲਬ ਕਿ ਜਿਹੜੇ ਵੀਡੀਓਜ਼ ਨੇ ਉਹ ਵਧੀਆ ਹੀ ਆਉਣ, ਪਰਿਵਾਰਕ ਹੋਣ, ਹੈ ਨਾ, ਅੱਗੇ ਦੀ। ਬਾਕੀ ਕਈ ਵਾਰ ਤੁਹਾਨੂੰ ਅਗਰ ਲੱਗਦਾ ਵੀ ਹੁੰਦਾ, ਤੁਸੀਂ ਆਪਦੇ ਸੁਝਾਅ ਵੀ ਸਾਨੂੰ ਨੀਚੇ ਦੱਸ ਸਕਦੇ ਹੁੰਦੇ ਹੋ ਕਮੈਂਟ ਕਰਕੇ। ਬਾਕੀ ਸਾਰੇ ਤਾਂ ਜ਼ਿਆਦਾਤਰ ਸਾਨੂੰ ਜਿਹੜੇ ਕਮੈਂਟ ਨੇ ਸਾਰੇ ਹੀ ਪੋਜ਼ਿਟਿਵ ਆਉਂਦੇ ਨੇ, ਕਿ ਜਿੰਨੇ ਵੀ ਹੁਣ ਤੱਕ ਮਤਲਬ 97-98% ਤਾਂ ਸਾਰੇ ਪੋਜ਼ਿਟਿਵ ਹੁੰਦੇ ਨੇ, ਤੇ 1-2% ਜਿਹੜੇ ਹੁੰਦੇ ਨੇ ਉਹ ਹੁਣ ਪਤਾ ਨਹੀਂ, ਉਹਨਾਂ ਦੇ ਰਿਪਲਾਈ ਵੀ ਵਿੱਚ ਤੁਸੀਂ ਆਪ ਹੀ ਕਰਦੇ ਨੇ, ਸਾਨੂੰ ਇਹ ਦੇਖ ਕੇ ਬਹੁਤ ਵਧੀਆ ਲੱਗਦਾ ਵੀ ਸਾਨੂੰ ਕੁਝ ਵੀ ਬੋਲਣ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਹੈਗੀ, ਕਿਉਂਕਿ ਤੁਸੀਂ ਆਪ ਹੀ ਰਿਪਲਾਈ ਕਰਦੇ ਰਹਿੰਦੇ ਹੋ, ਆਪ ਹੀ ਉਹਨਾਂ ਨੂੰ ਦੱਸਦੇ ਰਹਿੰਦੇ ਹੋ ਵੀ ਕੀ ਗਲਤ ਹੈ ਇਹ ਵੀਡੀਓ ਦੇ ਵਿੱਚ, ਹੈ ਨਾ, ਪੂਰਾ ਚੰਗਾ ਪਹਿਰਾਵਾ ਪਾਇਆ ਹੋਇਆ, ਚੰਗੀ ਵੀਡੀਓ ਬਣਾਈ ਹੋਈ ਹੈ, ਕੋਈ ਹਾਸੀ ਮਜ਼ਾਕ ਵਾਲੀ ਵੀਡੀਓ ਹੁੰਦੀ ਹੈ, ਕੋਈ ਫਾਲਤੂ ਦੀ ਵੀਡੀਓ ਨਾ ਅਸੀਂ ਕਦੇ ਪਾਉਣੀ ਹੈ ਤੇ ਨਾ ਅੱਗੇ ਪਾਈਏ, ਸਾਡਾ ਇਹੀ ਮਤਲਬ ਰਹੂਗਾ ਮੋਟਿਵ ਅੱਗੇ ਵੀ। ਪਰ ਵੀ ਜਿੰਨਾ ਤੱਕ ਸਾਨੂੰ ਇਹ ਸਕਦਾ ਵੀ ਅਸੀਂ ਆਪਦੇ ਵਧੀਆ ਪਹਿਰਾਵੇ ਨਾਲ ਜੁੜ ਕੇ, ਆਪਦੇ ਸੱਭਿਆਚਾਰ ਨਾਲ ਜੁੜ ਕੇ ਵਧੀਆ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਈਏ ਅੱਗੇ, ਹੈ ਨਾ, ਵੀ ਜਿਨ੍ਹਾਂ ਨੂੰ ਤੁਸੀਂ ਸਪੋਰਟ ਕਰਦੇ ਰਹੋ ਤੇ ਪਿਆਰ ਕਰਦੇ ਰਹੋ ਇੱਦਾਂ ਹੀ ਅੱਗੇ, ਹੈ ਨਾ। ਬੇਸ਼ੱਕ ਕਈ ਵਾਰ ਸਾਡੇ ਕੋਲ ਇੱਦਾਂ ਦੀਆਂ ਵੀਡੀਓ ਵੀ ਆਉਂਦੀਆਂ ਨੇ ਵੀ ਜਿਹੜੇ ਸਾਨੂੰ ਕਹਿ ਰਹੇ ਨੇ ਵੀ ਤੁਹਾਨੂੰ ਅਸੀਂ 1 ਵਾਰ ਮਤਲਬ ਕਿ ਸਾਡੇ ਨਾਲ ਤੁਸੀਂ ਕੰਟਰੈਕਟ ਕਰੋ, ਤੁਸੀਂ 1 ਮਹੀਨਾ ਸਾਡੀਆਂ ਵੀਡੀਓ ਪਾਓ, ਸਾਡਾ ਕੋਈ ਐਡ ਲਗਾਓ, ਹੈ ਨਾ, ਤੁਹਾਨੂੰ ਅਸੀਂ 1 ਲੱਖ ਰੁਪਇਆ ਦੇਵਾਂਗੇ, ਤੁਹਾਨੂੰ ਅਸੀਂ 1.5 ਲੱਖ ਰੁਪਇਆ ਦੇਵਾਂਗੇ, ਪਰ ਅਸੀਂ ਨਾ ਉਹਨਾਂ ਨੂੰ ਨਾ ਕਰ ਦਿੰਦੇ ਹਾਂ, ਅਸੀਂ ਉਹਨਾਂ ਨੂੰ ਮਨਾ ਕਰ ਦਿੰਦੇ ਹਾਂ ਵੀ ਅਸੀਂ ਕਿਸੇ ਨੂੰ ਜਿਹੜੀ ਸਾਡੇ ਨਾਲ ਫੈਮਿਲੀ ਜੁੜੀ ਹੋਈ ਹੈ ਅਸੀਂ ਉਹਨਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੁੰਦੇ ਵੀ ਮਤਲਬ ਕਿ ਗਲਤ ਪਾਸੇ ਪਾ ਕੇ ਕਿਸੇ ਪਾਸੇ ਵੀ, ਹੈ ਨਾ, ਵੀ ਕਹੀਏ ਕੋਈ ਫਾਲਤੂ ਦੀ ਗਲਤ ਕੋਈ ਐਡ ਲਾਈਏ, ਹੈ ਨਾ, ਜਿਹਦੇ ਵਿੱਚ ਅਗਲੇ ਦਾ ਕੋਈ ਨੁਕਸਾਨ ਹੋਵੇ। ਇਹ ਹੁੰਦਾ ਵੀ ਅਸੀਂ ਇਕੱਲਾ ਪੈਸੇ ਤੱਕ ਹੀ ਨਹੀਂ ਮਤਲਬ ਰੱਖਣਾ ਗਾ, ਸਾਡਾ ਇਹ ਹੁੰਦਾ ਵੀ
ਵੀ ਆਪਦਾ ਵਧੀਆ ਵੀਡੀਓਜ਼ ਵੀ ਹੋਣ, ਕਿਉਂਕਿ ਹੁਣ ਤੁਸੀਂ ਦੇਖੀਆਂ ਸਾਡੀਆਂ ਜਿਹੜੀਆਂ ਪਹਿਲਾਂ ਵੀ ਵੀਡੀਓ, ਉਹ ਕੋਈ ਨਾ ਕੋਈ ਜਦੋਂ ਕੋਈ ਮੁੱਦਾ ਹੁੰਦਾ ਸੀ ਉਹਨਾਂ 'ਤੇ ਵੀ ਵਧੀਆ ਬੋਲਦੇ ਰਹਿੰਦੇ ਹੈਗੇ, ਹੈ ਨਾ, ਅਤੇ ਉਹਨਾਂ ਦਾ ਜਿਹੜਾ ਪਿਆਰ ਹੁੰਦਾ ਉਹ ਤੁਸੀਂ ਸਾਨੂੰ ਵਧੀਆ ਦਿੰਦੇ ਹੋ। ਬਾਕੀ ਤੁਸੀਂ ਸਾਥ ਦੇ ਰਹੇ ਹੋ, ਬਹੁਤ ਚੰਗੀ ਗੱਲ ਹੈ। ਅਤੇ ਬਾਕੀ ਹੋਰ ਕੁਛ ਕਹਿਣਾ ਹੋਵੇ ਤਾਂ? ਬਾਕੀ ਬਸ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਵੀ ਤੁਸੀਂ ਜਿਵੇਂ ਹੁਣ ਤੱਕ ਸਾਡੀ ਫੈਮਿਲੀ ਇੰਨੀ ਕੁ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਆਪਾਂ 3 ਲੱਖ ਦੀ ਵੱਡੀ ਫੈਮਿਲੀ ਹੋ ਗਈ ਤਾਂ ਆਪਾਂ ਹੋਰ ਵੱਡੀ ਫੈਮਿਲੀ ਕਰੀਏ, ਤੇ ਇਹ ਫੈਮਿਲੀ ਨੂੰ ਆਪਾਂ YouTube ਤੇ ਵੀ ਲੈ ਕੇ ਆਈਏ ਸਾਰੀ ਫੈਮਿਲੀ ਨੂੰ, ਹੈ ਨਾ। ਤੇ ਤੁਹਾਡੇ ਸਪੋਰਟ ਦੇ ਨਾਲ ਹੀ ਅਸੀਂ YouTube ਦੇ ਉੱਤੇ ਵੀ ਦੁਬਾਰਾ, ਮਤਲਬ ਪਹਿਲਾਂ ਅਸੀਂ ਪਾਉਣੇ ਸਟਾਰਟ ਕੀਤੇ ਸੀ ਬਲੌਗ ਬਹੁਤ ਟਾਈਮ ਪਹਿਲਾਂ, ਪਰ ਵਿੱਚ ਦੇ ਸਾਨੂੰ ਰਿਸਪੌਂਸ ਘੱਟ ਮਿਲਦਾ ਸੀ ਤਾਂ ਕਰਕੇ ਅਸੀਂ ਕਿਹਾ ਸੀ ਵੀ ਚਲੋ ਛੱਡੋ ਉੱਪਰ, ਹੈ ਨਾ, ਵੀ ਅਸੀਂ ਘੱਟ ਕਰਦੇ ਸੀ, ਬਣਾਉਣ ਵੀ ਹਟ ਗਏ ਸੀ। ਪਰ ਹੁਣ ਜਦੋਂ ਦੀ ਫੇਸਬੁੱਕ ਦੇ ਉੱਤੇ ਆਪਾਂ ਵੀਡੀਓਜ਼ ਬਣਾਉਣ ਲੱਗੇ ਹਾਂ ਅਤੇ ਬਲੌਗ ਪਾਉਂਦੇ, ਸਾਨੂੰ ਤੁਹਾਡਾ ਸਪੋਰਟ ਮਿਲਿਆ ਅਤੇ ਅਸੀਂ ਨਾਲ ਨਾਲ YouTube ਤੇ ਵੀ ਸਟਾਰਟ ਕੀਤਾ, ਉਹਦੇ 'ਤੇ ਵੀ ਤੁਸੀਂ ਵਧੀਆ ਸਪੋਰਟ ਕਰ ਰਹੇ ਹੋ ਸਾਨੂੰ, ਤਾਂ ਸਾਨੂੰ ਵੀ ਇੱਦਾਂ ਹੋਇਆ ਵੀ ਨਹੀਂ ਵੀ ਹਰਜੀਤ ਆਪਾਂ ਨੂੰ ਦੁਬਾਰਾ ਤੋਂ ਸਟਾਰਟ ਕਰਨਾ ਚਾਹੀਦਾ। ਫਿਰ ਅਸੀਂ ਆਪਣੀ ਜਿਹੜੀ ਜਰਨੀ ਆ ਦੁਬਾਰਾ ਤੋਂ ਸਟਾਰਟ ਕੀਤੀ ਹੈ YouTube ਦੇ ਉੱਤੇ ਵੀ, ਇਸ ਕਰਕੇ ਅਸੀਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੇ ਤੁਸੀਂ ਜਿੰਨੀ ਵੀ ਫੇਸਬੁੱਕ ਵਾਲੀ ਜਿੰਨੀ ਫੈਮਿਲੀ ਆ, ਹੈ ਨਾ, ਮੈਂ ਕਈ ਵਾਰੀ ਸਟੋਰੀ ਦੇ ਉੱਤੇ ਲਿੰਕ ਪਾਉਂਦੀ ਰਹਿੰਦੀ ਹੈਗੀ ਸਾਡੇ ਬਲੌਗਸ ਦਾ, ਅਤੇ ਉਹਦੇ ਤੁਸੀਂ ਜਦੋਂ ਲਿੰਕ ਨੂੰ ਓਪਨ ਕਰਕੇ ਦੇਖਦੇ ਹੋਗੇ ਉਹਦੇ ਟੈਪ ਕਰਦੇ ਨਾਲ ਸਬਸਕ੍ਰਾਈਬ ਵੀ ਕਰ ਦਿਆ ਕਰੋ, ਸਬਸਕ੍ਰਾਈਬ ਵੀ ਕਰ ਲਿਆ ਕਰੋ, ਅਤੇ ਸਾਡੇ ਬਲੌਗ ਜਿਹੜੇ ਜ਼ਿਆਦਾਤਰ YouTube ਤੇ ਆਉਂਦੇ ਨੇਗੇ ਤੁਸੀਂ YouTube ਦੇ ਉੱਤੇ ਦੇਖਿਆ ਕਰੋ, ਅਤੇ ਸਬਸਕ੍ਰਾਈਬ ਕਰਕੇ ਉਹਦੀ ਫੈਮਿਲੀ ਨੂੰ ਵੀ ਆਪਾਂ ਗਰੋ ਕਰੀਏ ਜਲਦੀ ਤੋਂ ਜਲਦੀ, ਅਤੇ ਉਹਦੇ ਵੀ ਸਾਡੀ ਮਤਲਬ 37,000 ਦੇ ਕਰੀਬ ਉਹਦੇ 'ਤੇ ਵੀ ਆਪਣੀ ਫੈਮਿਲੀ ਹੋ ਚੁੱਕੀ ਆ, ਅਤੇ ਅਸੀਂ ਚਾਹੁੰਦੇ ਹਾਂ ਵੀ ਉਹਦੇ ਵੀ ਜਿਵੇਂ ਤੁਸੀਂ ਫੇਸਬੁੱਕ 'ਤੇ ਪਿਆਰ ਦਿਖਾ ਰਹੇ ਹੋ ਉਵੇਂ ਸਾਡਾ ਪਿਆਰ ਤੁਸੀਂ YouTube ਦੇ ਉੱਤੇ ਵੀ ਬਣਾਈ ਰੱਖੋ। ਹੁਣ ਕਈ ਵਾਰੀ ਨਾ ਕਹਿੰਦੇ ਨੇ, ਕਮੈਂਟ ਕਰ ਦਿੰਦੇ ਨੇ ਵੀ ਤੁਹਾਡੀ ਆਵਾਜ਼ ਸਹੀ ਨਹੀਂ ਆ ਰਹੀ, ਉਹ ਪਤਾ ਕੀ ਹੁੰਦਾ ਜਦੋਂ ਵੀਡੀਓਜ਼ ਹੁੰਦੀਆਂ ਨੇ ਸ਼ਾਰਟ ਵੀਡੀਓਜ਼ ਹੁੰਦੀਆਂ ਨੇ ਉਹ ਅਸੀਂ ਕਈ ਵਾਰੀ ਨਾ ਮਤਲਬ ਜਦੋਂ ਕਈ ਵਾਰੀ ਉੱਪਰ ਚੱਲ ਜਾਂਦੇ ਹਾਂ ਕੋਠੇ 'ਤੇ ਉੱਥੇ ਬਣਾ ਲਈਦੀਆਂ ਨੇਗੀਆਂ, ਹੈ ਨਾ, ਮਤਲਬ ਅਸੀਂ ਸੋਚ ਕੇ ਨਹੀਂ ਬਣਾਉਂਦੇ ਵੀ ਅਸੀਂ ਸੋਚ ਕੇ ਬਣਾਉਣੇ ਤਿਆਰ, ਜਿਵੇਂ ਜੇ ਹੁੰਦੇ ਅਸੀਂ ਤਾਂ ਉਵੇਂ ਬਣਾ ਦਿੰਦੇ ਹੈਗੇ ਵੀ, ਸਾਨੂੰ ਇਹ ਨਹੀਂ ਹੁੰਦਾ ਵੀ ਅਸੀਂ ਬਾਹਲਾ ਤਿਆਰ ਸ਼ਿਆਰ ਹੋ ਕੇ ਹੀ ਵੀਡੀਓਜ਼ ਬਣਾਈਏ ਸਾਰੀਆਂ। ਅਸੀਂ ਅੱਜ ਇੱਥੇ ਪਿੰਡ ਆਏ ਹੋਏ ਸੀਗੇ, ਪਹਿਲਾਂ ਸਾਨੂੰ ਇਹ ਸੀ ਵੀ ਹਜੇ ਤਾਂ 2-3 ਦਿਨ ਲੱਗ ਜਾਣਗੇ ਵੀ ਆਪਣੀ ਫੈਮਿਲੀ, ਮੈਨੂੰ ਚੁੱਪ ਕਰਾ ਕੇ 2 ਮਿੰਟ ਉੱਥੇ ਖੜ ਜੀ ਜਾਏ ਉਹਦੇ ਕੋਲ, ਬਾਕੀ ਸਾਨੂੰ ਇਹ ਸੀ ਵੀ ਸਾਨੂੰ 2-3 ਦਿਨ ਹਜੇ ਲੱਗ ਜਾਣਗੇ 3 ਲੱਖ ਦੀ ਫੈਮਿਲੀ ਨੂੰ ਕੰਪਲੀਟ ਹੁੰਦਿਆਂ ਨੂੰ, ਤੇ ਅਸੀਂ ਕੱਲ ਹੀ ਗੱਲ ਕੀਤੀ ਸੀਗੀ ਕਿ ਮਤਲਬ ਕਿ 4,000-5,000 ਫੋਲੋਅਰ ਘੱਟ ਸੀਗਾ ਸੀਗੇ, ਤੇ ਇਹ ਸੁੱਖ ਕਹਿੰਦੀ ਵੀ ਆਪਾਂ ਇਸ ਵਾਰ ਕਹਿੰਦੇ 3 ਲੱਖ ਦੇ ਕੇਕ ਕੱਟਣਾ ਗਾ, ਮੈਂ ਆਖਿਆ ਵੀ ਚੱਲ ਕੋਈ ਗੱਲ ਨਹੀਂ ਆਪਾਂ ਕੱਟ ਲਾਂਗੇ ਵੀ ਹਲੇ 4-5 ਦਿਨ ਲੱਗ ਜਾਣਗੇ, ਤੇ ਉਹ ਸਾਨੂੰ ਪਤਾ ਹੀ ਸੀਗਾ ਵੀ ਅਗਲੇ ਨੈਕਸਟ ਦਿਨ ਹੀ ਮਤਲਬ ਨੈਕਸਟ ਡੇ ਵੀ ਵਧੀਆ ਮਤਲਬ ਕਿ ਆਪਣੀ 3 ਲੱਖ ਦੀ ਫੈਮਿਲੀ ਇੰਨੀ ਛੇਤੀ ਕੰਪਲੀਟ ਹੋ ਜੂਗੀ, ਹੈ ਨਾ, ਤੇ ਸਾਨੂੰ ਇੰਨਾ ਕਿ ਜ਼ਿਆਦਾ ਚਾਅ ਚੜ੍ਹਿਆ, ਮੈਂ ਕਿਹਾ ਹਰਜੀ ਅਸੀਂ ਕੱਲ੍ਹ ਨੂੰ ਆਉਣਾ ਸੀਗਾ ਪਿੰਡ, ਫਿਰ ਮੈਂ ਕਿਹਾ ਹਰਜੀ ਚੱਲ ਫਿਰ ਐਂ ਕਰਦੇ ਹਾਂ ਆਪਾਂ ਅੱਜ ਹੀ ਚੱਲਦੇ ਹਾਂਗੇ ਪਿੰਡ ਵੀ ਉੱਥੇ ਸਾਰੀ ਫੈਮਿਲੀ ਦੇ ਨਾਲ ਵਧੀਆ ਕੇਕ ਕੱਟਾਂਗੇ ਆਪਾਂ, ਤੇ ਇਹ ਕਹਿੰਦੇ ਚਲੋ ਠੀਕ ਹੈ, ਕਹਿੰਦੇ ਸੁੱਖਾ ਭੱਜ ਚੱਲਦੇ ਹਾਂ, ਤਾਂ ਕਰਕੇ ਫਿਰ ਅਸੀਂ ਅੱਜ ਕੇਕ ਲੈ ਆਏ ਸੀਗੇ ਆਉਂਦੇ ਹੋਏ, ਅਸੀਂ ਆਖਿਆ ਚਲੋ ਇੱਕ ਛੋਟਾ ਜਿਹਾ ਇੱਕ ਸੈਲੀਬ੍ਰੇਸ਼ਨ, ਮੂੰਹ ਮਿੱਠਾ ਤਾਂ ਬਣਦਾ ਹੀ ਹੈਗਾ ਨਾ, ਬਾਕੀ ਦੋਨੇ ਜਾਣੇ ਉੱਥੇ ਹੁੰਦੇ ਆ ਫਿਰ ਸਾਨੂੰ ਇਹ ਐ ਲੱਗਦਾ ਵੀ 2 ਜਣੇ ਕੀ ਕੇਕ ਕੱਟਾਂਗੇ, ਬਾਕੀ ਹੁਣ ਅਸੀਂ ਇਹ ਕੋਸ਼ਿਸ਼ ਕਰਾਂਗੇ ਹੁਣ ਅੱਗੇ ਜਿਵੇਂ ਹੁਣ ਅਸੀਂ ਇੱਥੇ ਆਉਣਾਗਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਹੈ ਨਾ, ਵੀ 5-7 ਦਿਨਾਂ ਤੱਕ ਅਸੀਂ ਇੱਥੇ ਸ਼ਿਫਟ ਹੋ ਰਹੇ ਹਾਂਗੇ, ਪੁੱਛੋ ਆ ਜਾਂਗੇ, ਤੇ ਇਹਦਾ ਕਰਕੇ ਅਸੀਂ ਸੋਚ ਰਹੇ ਹਾਂ ਵੀ ਅੱਗੇ ਕੁਛ ਵਧੀਆ ਨਵਾਂ ਲੈ ਕੇ ਆਈਏ ਜਿਹਦੇ ਵਿੱਚ ਫੈਮਿਲੀ ਵੀ ਸਾਡੀ ਆ ਸਕੇ, ਹੈ ਨਾ, ਵੀ ਵਧੀਆ ਅਸੀਂ ਵਧੀਆ ਵੀਡੀਓਜ਼ ਤੁਹਾਡੇ ਅੱਗੇ ਲੈ ਕੇ ਆਈਏ, ਤੇ ਤੁਸੀਂ ਉਹਨਾਂ ਨੂੰ ਵੀ ਸਪੋਰਟ ਕਰਿਆ ਕਰਿਓ ਅੱਗੇ ਵਧੀਆ, ਹੈ ਨਾ, ਤੇ ਵਧੀਆ ਬਲੌਗ ਆਇਆ ਕਰਨਗੇ ਆਪਣੇ ਕੰਟੀਨਿਊਸਲੀ, ਫਿਰ ਤਾਂ ਅਸੀਂ ਡੇਲੀ ਵਾਂਗ ਹੁਣ ਜਿਵੇਂ 3-4 ਦਿਨ ਬਲੌਗ ਪਾਉਣੇ ਆ, ਨਾ 3-4 ਦਿਨ ਪਾਉਣੇ ਆ ਕਿਉਂਕਿ 15 ਬਲੌਗ ਮਹੀਨੇ ਦੇ ਵਿੱਚ, ਫਿਰ ਅਸੀਂ ਹਰ ਰੋਜ਼ ਹੀ ਬਲੌਗ ਬਣਾਇਆ ਕਰਾਂ, ਕਿਉਂਕਿ ਵਿੱਚ ਨਾ ਕਈ ਵਾਰੀ ਵੀਰੇ ਵੀ ਜਿਉਂ ਸਾਨੂੰ ਆਹ ਰਿਸਪੌਂਸ ਮਿਲਦਾ ਰਹੂਗਾ ਨਾ, ਤਾਂ ਕਮੈਂਟ ਵੀ ਕਰਦੇ ਨੇ ਕਹਿੰਦੇ ਅਸੀਂ ਤੁਹਾਡੇ ਬਲੌਗ ਡੀਕਦੇ ਹੁੰਦੇ ਹੈਗੇ ਵੀ ਤੁਸੀਂ ਡੇਲੀ ਬਲੌਗ ਪਾਇਆ ਕਰੋ, ਇਸ ਕਰਕੇ ਮਾਫੀ ਚਾਹੁੰਦੇ ਹਾਂ ਵੀ ਕਈ ਕਈ ਵਾਰ ਸਾਡੇ ਤੋਂ ਬਲੌਗ ਥੋੜ੍ਹਾ ਜਿਹਾ ਲੇਟ ਹੋ ਜਾਂਦਾ ਗਾ, ਪਰ ਸਾਡੀ ਕੋਸ਼ਿਸ਼ ਹੁਣ ਅੱਗੇ ਤੋਂ ਇਹੀ ਰਹੂਗੀ ਵੀ ਆਪਾਂ ਅੱਗੇ 5-7 ਦਿਨਾਂ ਤੱਕ ਨਾ ਡੇਲੀ ਕਰ ਦਈਏ ਬਲੌਗ, ਤੁਸੀਂ ਸਾਡਾ ਸਾਥ ਦਿਓ ਤੇ ਹਰ ਰੋਜ਼ ਬਲੌਗ ਆਇਆ ਕਰਨਗੇ, ਫਿਰ ਤੁਸੀਂ ਬਲੌਗ ਦੇਖਿਆ ਕਰਿਓ, ਤੇ ਆਪਦੇ ਜਿਹੜੇ ਸੁਝਾਅ ਹੁੰਦੇ ਉਹ ਸਾਨੂੰ ਦੱਸਿਆ ਕਰੋ, ਕਈ ਵਾਰੀ ਕੋਈ ਤੁਹਾਨੂੰ ਇਹ ਲੱਗਦਾ ਵੀ ਕੋਈ ਪੰਜਾਬ ਦੇ ਵਿੱਚ ਕੋਈ ਗੱਲ ਚੱਲ ਰਹੀ ਹੈ ਜਾਂ ਕੁਝ ਵੀ, ਤੁਸੀਂ ਸਾਨੂੰ ਦੱਸ ਸਕਦੇ ਹੋ, ਆਪਾਂ ਜਿੰਨਾ ਹੋ ਸਕੇ ਆਪਾਂ ਉਹ ਮੁੱਦੇ ਦੇ ਉੱਤੇ ਬੋਲਣ ਦੀ ਕੋਸ਼ਿਸ਼ ਕਰਾਂਗੇ, ਜਿਹਦੇ ਨਾਲ ਕੋਈ ਚੈਨਲ ਵਗੈਰਾ ਨੂੰ
ਕੋਈ ਇਫੈਕਟ ਨਾ ਹੋ ਸਕੇ, ਹਨਾ ਇਫੈਕਟ ਨਾ ਹੋ ਸਕੇ, ਕਿਉਂਕਿ ਕਈ ਵਾਰੀ ਜਦੋਂ ਅਸੀਂ ਕਿਉਂਕਿ ਸਾਨੂੰ ਕਹਿੰਦੇ ਨੇ ਤੁਸੀਂ ਇਹ ਚੀਜ਼ ਕਿ ਫਿਰ ਸਾਨੂੰ ਉਹ ਚੀਜ਼ ਦੇਖ ਕੇ ਵੀ ਚੱਲਣੀ ਪੈਂਦੀ ਹੁਣ ਜੇ ਵੀ ਮਤਲਬ ਜੇ ਆਪਣੀ ਫੈਮਿਲੀ ਇੰਨੀ ਕੁ ਨਾਲ ਜੁੜੀ ਹੋਈ ਆ ਤਾਂ ਹੁਣ ਕੱਲ ਨੂੰ ਆਪਣਾ ਜੇ ਚੈਨਲ ਹੀ ਮਤਲਬ ਕਿ ਨਾ ਰਿਹਾ ਤਾਂ ਉਹਦੇ ਨਾਲ ਫਿਰ ਆਪਣਾ ਕੰਟੈਕਟ ਵੀ ਸਾਰਾ ਟੁੱਟ ਜੂ, ਹਨਾ। ਇਸ ਕਰਕੇ ਸਾਨੂੰ ਇਹ ਹੁੰਦਾ ਵੀ ਜਿਹੜੀ ਚੀਜ਼ 'ਤੇ ਆਪਾਂ ਬੋਲਣਾ ਹੁੰਦਾ ਆਪਾਂ ਉਸ 'ਤੇ ਬੋਲੀਏ, ਹਨਾ। ਅਤੇ ਬਾਕੀ ਧੰਨਵਾਦ ਕਰਦੇ ਤੁਹਾਡਾ ਇੱਕ ਵਾਰ ਫਿਰ ਤੋਂ ਅਸੀਂ ਤੁਹਾਡਾ ਸਾਰਿਆਂ ਦਾ, ਜਿੰਨਾ ਧੰਨਵਾਦ ਕਰੀਏ ਥੋੜ੍ਹਾ ਹੈਗਾ, ਬਾਕੀ ਹੁਣ ਆਪਾਂ ਕਰ ਦਿਆਂਗੇ ਕੇਕ ਸਾਰੀ ਫੈਮਿਲੀ ਨੂੰ ਬੁਲਾ ਕੇ।